ਸਭ ਤੋਂ ਪਹਿਲੀ ਖਬਰ ਉਸ ਮੀਡੀਆ ਅਦਾਰੇ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਹੁਣ ਤੱਕ ਕਿਸਾਨਾਂ ਦੇ ਲਈ ਕਿਸਾਨੀ ਸੰਘਰਸ਼ ਦੇ ਲਈ ਜ਼ਹਿਰ ਹੀ ਉਗਲਿਆ ਹੈ ਭਾਰਤ ਸਰਕਾਰ ਦੀ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਟੀ ਨੇ ਜ਼ੀ ਨਿਊਜ਼ ਦੇ ਖਿਲਾਫ ਮਿਲੀ ਇੱਕ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਲਿਆ ਹੈ ਜਿਸ ਤੋਂ ਬਾਅਦ ਮੀਡੀਆ ਘਰਾਂ ਨੂੰ ਤਾੜਨਾ ਵੀ ਦਿੱਤੀ ਹੈ ਸ਼ਿਕਾਇਤ ਦੇ ਮੁਤਾਬਕ ਜ਼ੀ ਨਿਊਜ਼ ਨੇ 19, 20 ਤੇ 26 ਜਨਵਰੀ ਨੂੰ 2021 ਦੇ ਵਿੱਚ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਦੋ ਇਤਰਾਜ਼ਯੋਗ ਪ੍ਰੋਗਰਾਮ ਪ੍ਰਸਾਰਿਤ ਕੀਤੇ ਸੀ ਇਹਨਾਂ ਦੋ ਪ੍ਰੋਗਰਾਮਾਂ ਤਾਲ ਠੋਕ ਕੇ ਖਾਲਿਸਤਾਨ ਸੇ ਕਬ ਸਾਵਧਾਨ ਹੋਗਾ ਕਿਸਾਨ ਤੇ ਦੂਸਰਾ ਪ੍ਰੋਗਰਾਮ ਰਿਪਬਲਿਕ ਡੇ ਪਰ ਹੋਗਾ ਗ੍ਰਹਿ ਯੁੱਧ ਇਹਦੇ ਵਿੱਚ ਜੀ ਨਿਊਜ਼ ਨੇ ਅਥਾਰਟੀ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ ਇਸ ਤੇ ਇਤਰਾਜ਼ ਜਿਹੜਾ ਉਹ ਲਾਇਆ ਗਿਆ ਅਥਾਰਟੀ ਨੇ ਸਖਤੀ ਦੇ ਨਾਲ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕੋਈ ਵੀ ਅਜਿਹੀ ਰਿਪੋਰਟਿੰਗ ਨਾ ਕੀਤੀ ਜਾਵੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਡਰ ਤਣਾਅ ਤੇ ਹਫੜਾ ਦਫੜੀ ਮਚ ਜਾਵੇ ਇਹ ਵੀ ਕਿਹਾ ਗਿਆ ਹੈ ਕਿ ਅਜਈਆਂ ਖਬਰਾਂ ਦੀ ਚੋਣ ਕਰਨ ਤੋਂ ਗੁਰੇਜ਼ ਕੀਤਾ ਜਾਵੇ ਜਿਦੀ நான்று claro. ਵਿਵਾਦਿਕ ਜਨਤਕ ਮੁੱਦੇ ਪੱਖ ਜਾਣ ਖਬਰ ਦੇ ਲਈ ਸੂਚਨਾ ਇੱਕ ਤੋਂ ਵਧੇਰੇ ਸਰੋਤਾਂ ਤੋਂ ਇਕੱਠੀ ਕੀਤੀ ਜਾਵੇ ਤਾਂ ਚੰਗਾ ਹੋਊਗਾ ਖਬਰ ਵਿੱਚਲੇ ਤੱਥ ਸਿਰਫ ਕਿਸੇ ਇੱਕ ਦੇ ਵਿਚਾਰ ਨਹੀਂ ਹੋਣੇ ਚਾਹੀਦੇ ਬਿਆਨ ਕਿਸੇ ਇੱਕ ਦੇ ਨਹੀਂ ਹੋਣੇ ਚਾਹੀਦੇ ਚਾਹੀਦੇ ਛਾਣਬੀਨ ਤੇ ਆਧਾਰਿਤ ਖਬਰ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਪ੍ਰੋਗਰਾਮ ਪ੍ਰਸਾਰਿਤ ਕਰਨ ਤੋਂ ਪਹਿਲਾਂ ਗਲਤੀਆਂ ਨੂੰ ਦਰੁਸਤ ਕਰਨ ਦੀ ਸਲਾਹ ਦਿੱਤੀ ਗਈ ਹੈ ਤਾੜਨਾ ਕੀਤੀ ਗਈ ਹੈ ਸੰਤੁਲਿਤ ਰਿਪੋਰਟਿੰਗ ਦੇ ਲਈ ਪੱਖਪਾਤ ਤੋਂ ਬਚਿਆ ਜਾਵੇ ਇਹ ਵੀ ਕਿਹਾ ਗਿਆ ਤੇ ਅਜਿਹੇ ਪ੍ਰੋਗਰਾਮ ਪਰ ਸਾਰਿਤ ਕਰਨ ਦੇ ਲਈ ਕਿਹਾ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਵਿਸ਼ਵਾਸ ਵਧੇ ਸ਼ਿਕਾਇਤ ਦੇ ਵਿੱਚ ਦੋਸ਼ ਇਹ ਲਾਇਆ ਗਿਆ ਕਿ ਦੋਵੇਂ ਪ੍ਰੋਗਰਾਮ ਬਿਨਾਂ ਪਰਪੱਕਤਾ ਤੋਂ ਹੀ ਪ੍ਰਸਾਰਿਤ ਕੀਤੇ ਗਏ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਕਿ ਪੱਤਰਕਾਰਤਾ ਦੇ ਅਸੂਲਾਂ ਤੇ ਖਰੇ ਨਹੀਂ ਉਤਰਦੇ ਸੀ ਅਥਾਰਟੀ ਦੇ ਵੱਲੋਂ ਪੁਵੇਖ ਵਿੱਚ ਜੀ ਟੀਵੀ ਸਮੇਤ ਦੂਸਰੇ ਸਾਰੇ ਮੀਡੀਆ ਅਦਾਰਿਆਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੀ ਸਖਤ ਤਾੜਨਾ ਜਿਹੜੀ ਉਹ ਕੀਤੀ ਗਈ ਹੈ ਇਸ ਤਾੜਨਾ ਤੋਂ ਬਾਅਦ ਟ੍ਰੈਕਰ 2 ਟਵਿੱਟਰ ਨੇ ਵੀ ਟਵੀਟ ਕੀਤੇ ਨੇ ਅਤੇ ਇਸ ਖਬਰ ਦੀ ਜਿਹੜੀ ਸੂਚਨਾ ਹੈ ਸਭ ਤੋਂ ਪਹਿਲਾਂ ਟ੍ਰੈਕਰ 2 ਟਵਿੱਟਰ ਨੇ ਹੀ ਆ ਦੇ মিডিਆ ਦੇ ਵਿੱਚ ਲੈ ਕੇ ਆਂਦੀ ਹੈ ਤੇ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਕਿਸੇ ਵੇਲੇ #ਜੀਦਲਾਲਮੋਦੀ ਦਾ ਇਹ ਕਿਸਾਨਾਂ ਦੇ ਵੱਲੋਂ ਚਲਾਇਆ ਗਿਆ ਸੀ ਤੇ ਟ੍ਰੈਕਟਰ ਟੂ ਟਵਿੱਟਰ ਨੇ ਉਸ ਮੂਹਮ ਨੂੰ ਕਾਫੀ ਹੁਲਾਰਾ ਦਿੱਤਾ ਸੀ ਤੇ ਉਸ ਤੋਂ ਬਾਅਦ ਟ੍ਰੈਕਟਰ ਟੂ ਟਵਿੱਟਰ ਤੇ ਕਾਨੂੰਨੀ ਜਿਹੜੀ ਕਾਰਵਾਈ ਹੈ ਉਹ ਕਿਤੇ ਜਾਣ ਦਾ ਜਿਹੜਾ ਦਾਵਾ ਹੈ ਉਹ ਵੀ ਇਸ ਚੈਨਲ ਦੇ ਵੱਲੋਂ ਕੁਝ ਚੈਨਲਾਂ ਦੇ ਵੱਲੋਂ ਜਿਹੜਾ ਉਹ ਠੋਕਿਆ ਗਿਆ ਹੈ ਕਿਸਾਨ ਮੋਰਚੇ ਨੇ ਵੀ ਇਸ ਤੇ ਪ੍ਰਤੀਕਰਮ ਦਿੱਤਾ ਹੈ ਕਿਸਾਨ ਮੋਰਚੇ ਨੇ ਦੱਸਿਆ ਹੈ ਆਪਣੇ ਪ੍ਰੈਸ ਬਿਆਨ ਦੇ ਵਿੱਚ ਕਿ ਇੱਕ ਕੌਮੀ ਚੈਨਲ ਨੂੰ ਕਿਸਾਨਾਂ ਨੂੰ ਖਾਲਸਤਾਨੀਆਂ ਵਜੋਂ ਪੇਸ਼ ਕਰਨ ਤੇ ਨਸੀਹਤ ਦਿੱਤੀ ਗਈ ਹੈ ਤੇ ਹੁਕਮ ਕੀਤਾ ਗਿਆ ਹੈ ਬ੍ਰਾਡਕਾਸਟਿੰਗ ਮਿਨਿਸਟਰੀ ਦੇ ਵੱਲੋਂ ਬ੍ਰਾਡਕਾਸਟਿੰਗ ਜਿਹੜੀ ਅਥਾਰਟੀ ਹੈ ਉਸ ਦੇ ਵੱਲੋਂ ਕਿ ਜਿਹੜੀਆਂ ਉਹ ਵੀਡੀਓਜ਼ ਹੈਗੀਆਂ ਨੇ ਉਹਨਾਂ ਨੂੰ ਹਰ ਵੈਬਸਾਈਟ ਤੋਂ ਅਤੇ ਹਰ ਚੈਨਲ ਤੋਂ ਹਟਾ ਦਿੱਤਾ ਜਾਵੇ ਜਿੱਥੇ-ਜਿੱਥੇ ਵੀ ਇਹਨਾਂ ਨੇ ਉਹ ਵੀਡੀਓ ਚਲਾਈ ਹੈ ਸੋ ਇਹ ਦੋਵੇਂ ਪ੍ਰੋਗਰਾਮ ਨੇ ਜਿਹੜੇ ਜ਼ੀ ਦੇ ਉਹ ਹਟਾਏ ਜਾਣੇ ਚਾਹੀਦੇ ਨੇ ਬ੍ਰਾਡਕਾਸਟਿੰਗ ਅਥਾਰਟੀ ਦੇ ਹੁਕਮਾਂ ਤੋਂ ਬਾਅਦ ਜੇ ਕਿਤੇ ਵੀ ਤੁਹਾਨੂੰ ਦਿਖਦੇ ਨੇ ਤੁਸੀਂ ਬ੍ਰਾਡਕਾਸਟਿੰਗ ਅਥਾਰਟੀ ਨੂੰ ਸੰਪਰਕ ਜ਼ਰੂਰ ਕਰ ਸਕਦੇ ਹੋ ਤੇ ਉਧਰ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਕਿਸਾਨਾਂ ਦੇ ਦਿੱਲੀ ਮੋਰਚੇ ਨੇ ਉਹ ਕਾਫੀ ਜਲੌਅ ਦੇ ਵਿੱਚ ਦਿਖਾਈ ਦੇ ਰਹੇ ਨੇ ਲੋਕਾਂ ਦੀਆਂ ਜਿਹੜੀਆਂ ਲੋਕਾਂ ਦੀ ਗਿਣਤੀ ਹੈ ਉੱਥੇ ਵੱਧ ਗਈ ਹੈ ਸ਼ਮੂਲੀਅਤ ਵੱਧ ਗਈ ਹੈ 23 ਤੇ 25 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦੇ ਕਾਫਲੇ ਨੇ ਜਿਹੜੇ ਉਹ ਦਿੱਲੀ ਦੇ ਮੋਰਚਿਆਂ ਤੇ ਇਕੱਠੇ ਹੋ ਰਹੇ ਨੇ 26 ਨਵੰਬਰ ਨੂੰ ਵਰੇ ਗੰਡ ਮਨਾਈ ਜਾਏਗੀ 12 ਮਹੀਨੇ ਪੂਰੇ ਹੋਣ ਦੇ ਜਿਹੜੇ ਸਮਾਗਮ ਮਨਾਏ ਜਾਣਗੇ ਉਸ ਦੀਆਂ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ 25 ਨਵੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦਿਵਸ ਮਨਾਏ ਜਾਣ ਦੇ ਲਈ ਹైదరాబాద్ ਦੇ ਵਿੱਚ ਇੱਕ ਵੱਡਾ ਧਰਨਾ ਦਿੱਤਾ ਜਾ ਰਿਹਾ ਹੈ 24 ਨਵੰਬਰ ਨੂੰ ਸਰਛੋਟੂ ਰਾਮਦੀ ਜਨਮ ਦਿਤੀ ਹੈ ਜਿਹੜੀ ਉਹ ਕਿਸਾਨ ਮਜ਼ਦੂਰ ਦਿਵਸ ਦੇ ਵਜੋਂ ਮਨਾਈ ਜਾਵੇਗੀ ਕਿਸਾਨ ਮੋਰਚੇ ਨੇ ਵੀ ਦੱਸਿਆ ਹੈ ਕਿ ਸਿਰਫ ਪੰਜਾਬ ਭਾਰਤ ਹੀ ਨਹੀਂ ਬਲਕਿ ਯੂਕੇ ਫਰਾਂਸ ਆਸਟਰੀਆ ਆਸਟ੍ਰੇਲੀਆ ਕੈਨੇਡਾ ਨੀਦਰਲੈਂਡ ਤੇ ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਤੇ ਭਾਰਤੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸਮਰਥਨ ਦੇ ਵਿੱਚ ਪ੍ਰਵਾਸੀ ਹੈਗੇ ਨੇ ਜਿਹੜੇ ਉੱਥੇ ਭਾਰਤੀ ਪ੍ਰਵਾਸੀ ਭਾਰਤੀ ਵਸਦੇ ਨੇ ਖਾਸ ਕਰਕੇ ਸਿੱਖ ਭਾਈਚਾਰਾ ਉਹਨਾਂ ਦੇ ਨਾਲ-ਨਾਲ ਕੌਮ ਮੰਤਰੀ ਜਥੇਬੰਦੀਆਂ ਵੀ ਪ੍ਰੋਗਰਾਮਾਂ ਦੇ ਜਿਹੜੇ ਆਯੋਜਨ ਨੇ ਉਹ ਕਰ ਰਹੀਆਂ ਨੇ ਜੀ ਨਿਊਜ਼ ਨੂੰ ਜਿੱਥੇ ਬ੍ਰਾਡਕਾਸਟਿੰਗ ਮਿਨਿਸਟਰੀ ਦੀ ਤਿੱਖੀ ਝਾੜ ਪਈ ਹੈ ਉਥੇ ਜੀ ਨਿਊਜ਼ ਦੇ ਸਭ ਤੋਂ ਸੀਨੀਅਰ ਪੱਤਰਕਾਰ ਸੁਧੀਰ ਚੌਧਰੀ ਨੂੰ ਵੀ ਝਟਕਾ ਦਿੱਤਾ ਹੈ ਦੁਬਈ ਦੌਰਾ ਜਿਹੜਾ ਰੱਦ ਹੋ ਗਿਆ ਹੈ ਸੁਧੀਰ ਚੌਧਰੀ ਦਾ ਨਮੋਸ਼ੀ ਦਾ ਸਾਹਮਣਾ ਸੁਧੀਰ ਚੌਧਰੀ ਨੂੰ ਉਸ ਵਕਤ ਕਰਨਾ ਪਿਆ ਹੈ ਜਦੋਂ ਦੁਬਈ ਚਾਰਟਡ ਅਕਾਊਂਟੈਂਟਸ ਦੇ ਪ੍ਰੋਗਰਾਮ ਤੇ ਬੁਲਾਰੇ ਵਜੋਂ ਸੁਧੀਰ ਚੌਧਰੀ ਜਾ ਰਹੇ ਸੀ ਤਾਂ ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਚੌਧਰੀ ਨੂੰ ਅਤਵਾਦੀ ਐਲਾਨਦਿਆਂ ਮੁਸਲਮਾਨਾਂ ਸਿੱਖਾਂ ਤੇ ਦਲਿਤਾਂ ਦੇ ਕਤਲੇਆਮ ਦਾ ਭਾਗੀਦਾਰ ਦੱਸਿਆ ਇਸ ਕਰਕੇ ਸੁਧੀਰ ਦਾ ਦੁਬਈ ਦੌਰਾ ਰੱਦ ਹੋ ਗਿਆ ਰਾਜਕੁਮਾਰੀ ਦੇ ਇਸ ਪ੍ਰਤੀਕਰਮ ਤੋਂ ਬਾਅਦ ਸੁਦੀਪ ਚੌਧਰੀ ਦਾ ਨਾਮ ਦੌਰੇ ਵਿੱਚੋਂ ਕੱਟ ਦਿੱਤਾ ਗਿਆ ਹੈ ਰਾਜਕੁਮਾਰੀ ਨੇ ਇਹ ਟਵੀਟ ਕੀਤਾ ਸੀ ਟਵੀਟ ਕਰਕੇ ਕਿਹਾ ਕਿ ਜਦੋਂ ਕੋਈ ਅਪਰਾਧੀ ਸਮਾਜ ਦੇ ਵਿੱਚ ਜ਼ਹਿਰ ਉਗਲਦਾ ਹੈ ਤਾਂ ਉਹ ਹਿੰਸਾ ਨੂੰ ਸੱਦਾ ਦਿੰਦਾ ਹੈ ਜਿਦੇ ਨਾਲ ਘਰਾਂ ਕਾਰੋਬਾਰਾਂ ਤੇ ਮਸੀਤਾਂ ਨੂੰ ਸਾੜ ਦਿੱਤਾ ਜਾਂਦਾ ਹੈ ਮੈਂ ਯੂਏਈ ਦੇ ਵਿੱਚ ਅਜਿਹੀ ਨਫ਼ਰਤ ਦਾ ਸਵਾਗਤ ਨਹੀਂ ਕਰਾਂਗੇ ਸ਼ਾਇਆਜ਼ਦੀ ਨੇ ਸਵਾਲ ਕੀਤਾ ਹੈ ਕਿ ਯੂਏਈ ਇਸ ਤਰ੍ਹਾਂ ਦੇ ਅਤਵਾਦੀ ਨੂੰ ਇੱਥੇ ਕਿਉਂ ਲਿਆ ਰਹੀ ਹੈ ਉਸਨੇ ਲਿਖਿਆ ਕਿ 2019 ਤੇ 2020 ਵਿੱਚ ਸੁਦੇਰ ਚੌਧਰੀ ਨੇ ਜੀ ਨਿਊਜ਼ ਤੇ ਸਿਟੀਜ਼ਨਸ਼ਿਪ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਸਲਮਾਨਾਂ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਪ੍ਰੋਗਰਾਮ ਚਲਾਏ ਸੀ ਸੁਦੀਰ ਨੇ ਸ਼ਾਹੀਨ ਬਾਗ ਨਵੀਂ ਦਿੱਲੀ ਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਮੁਸਲਮ ਵਿਦਿਆਰਥੀਆਂ ਤੇ ਔਰਤਾਂ ਦੇ ਖਿਲਾਫ ਝੂਠੀਆਂ ਕਹਾਣੀਆਂ ਫੈਲਾਈਆਂ ਸੀ ਸੁਦੀਰ ਚਾਹਦਰੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਦੁਬਈ ਆਉਣ ਦਾ ਕੋਈ ਹੱਕ ਨਹੀਂ ਹੈ ਸੋ ਜੀ ਨਿਊਜ਼ ادارے ਸਮੇਤ ਜੀ ਨਿਊਜ਼ ਦੇ ਇਸ ਵੱਡੇ ਪੱਤਰਕਾਰ ਨੂੰ ਤਿੱਖਾ ਝਟਕਾ ਲੱਗਿਆ ਹੈ ਤੇ ਇਹ ਹੁੰਦਾ ਹੈ ਉਹ ਸਮਾਂ ਜਦੋਂ ਤੁਸੀਂ ਇੱਕ ਇੱਕ ਜ਼ਿੰਮੇਵਾਰ ਥਾਂ ਦੇ ਉੱਤੇ ਖੜ ਕੇ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ মিডিਆ ਲੋਕਾਂ ਦੇ ਹੱਕ ਦੀ ਲੋਕਾਂ ਦੀ ਗੱਲ ਕਰਨ ਦੇ ਲਈ ਲਿਆਂਦਾ ਗਿਆ ਹੈ ਇਸ ਨੂੰ ਲੋਕਤੰਤਰ ਦਾ ਥੰਮ ਕਿਹਾ ਜਾਂਦਾ ਹੈ ਤੇ ਜੇ ਤੁਸੀਂ ਇਸ ਥੰਮ ਦੀ ਗਲਤ ਵਰਤੋਂ ਕਰਦੇ ਹੋ ਜੇ ਤੁਸੀਂ ਸਰਕਾਰਾਂ ਦੇ ਤਲੇ ਚਟਕੇ ਉਹਨਾਂ ਦੀਆਂ ਤਲੀਆਂ ਚਟਕੇ ਤੁਸੀਂ ਉਹਨਾਂ ਦੇ ਹੀ ਪ੍ਰੋਗਰਾਮ ਦਿਖਾਉਂਦੇ ਹੋ ਆਪਣੇ ਪ੍ਰੋਗਰਾਮਾਂ ਦੇ ਵਿੱਚ ਝੂਠੀ ਪ੍ਰਸ਼ੰਸਾ ਕਰਦੇ ਹੋ ਤਾਂ ਫਿਰ ਇੱਕ ਨਾ ਇੱਕ ਦਿਨ ਤੁਹਾਨੂੰ ਇਹ ਦਿਨ ਦੇਖਣਾ ਪੈ ਹੀ ਜਾਂਦਾ